ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੱਕ ਚੰਗੀ ਖਬਰ ਨਿਕਲ ਕੇ ਆ ਰਹੀ ਹੈ ਜੀ। ਆਪਾਂ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਪੰਜਾਬੀਆਂ ਦੀ ਹੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਇੱਕ ਸੋਸ਼ਲ ਵਰਕਰ ਹਾਂ ਅਤੇ ਸੋਸ਼ਲ ਵਰਕਰ ਦਾ ਕੰਮ ਹੁੰਦਾ ਹੈ ਆਪਣੇ ਦੇਸ਼ ਦੀ ਜਾਂ ਆਪਣੇ ਕਮਿਊਨਿਟੀ ਦੀ ਗੱਲ ਕਰਨਾ। ਪਰ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਆ ਜੋ ਕਿ ਗਲਤ ਬੋਲ ਜਾਂਦੇ ਆ, ਪਰ ਕਾਫੀ ਸਾਰੇ ਦੁੱਖ ਲੱਗਦਾ ਹੈ। ਛੋਟੀ ਜਿਹੀ ਇੱਕ ਬੇਨਤੀ ਹੈ ਜੀ, ਜੇਕਰ ਪਹਿਲੀ ਵਾਰ ਚੈਨਲ 'ਤੇ ਆਏ ਹੋ, ਜੇਕਰ ਚੈਨਲ ਦੇ ਵਿੱਚ ਦਿੱਤੀ ਗਈ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਲੱਗੇ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ। ਜਿੰਨੇ ਵੀ ਮੇਰੇ ਭੈਣਾਂ, ਜਿੰਨੇ ਵੀ ਮੇਰੇ ਵੀਰ ਜਾਂ ਜਿੰਨੇ ਵੀ ਮੇਰੇ ਪਿਓਵਾਂ ਦੇ ਸਮਾਨ, ਮਾਵਾਂ ਦੇ ਸਮਾਨ ਵੀਡੀਓ 'ਤੇ ਕਲਿੱਕ ਕਰਨਗੇ, ਕਿਉਂਕਿ ਤੁਸੀਂ ਵੀਡੀਓ ਦੇਖ ਲੈਂਦੇ ਹੋ ਪਰ ਸਬਸਕ੍ਰਾਈਬ ਨਹੀਂ ਕਰਦੇ, ਫਿਰ ਸਾਨੂੰ ਕਾਫੀ ਜ਼ਿਆਦਾ ਬੁਰਾ ਜਿਹਾ ਫੀਲ ਤਾਂ ਹੋ ਹੀ ਜਾਂਦਾ, ਕਿਉਂਕਿ ਆਪਾਂ ਬੜੀ ਮਿਹਨਤ ਕਰਕੇ ਤੁਹਾਡੇ ਲਈ ਚੀਜ਼ਾਂ ਲੈ ਕੇ ਆਉਣੇ ਹਾਂ। ਬਹੁਤ ਜ਼ਿਆਦਾ ਖਬਰਾਂ, ਬਹੁਤ ਜ਼ਿਆਦਾ ਨਿਊਜ਼ਾਂ ਤੁਸੀਂ ਵੱਡੇ ਵੱਡੇ ਚੈਨਲਾਂ ਦੇ ਉੱਤੇ ਦੇਖੀਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਕਹਿੰਦਾ ਕਿ ਅਸੀਂ PR ਨਹੀਂ ਦੇਣੀ, ਕੈਨੇਡਾ ਕਹਿੰਦਾ ਕਿ ਅਸੀਂ ਕਿਸੇ ਨੂੰ ਵੀਜ਼ਾ ਨਹੀਂ ਦੇਣਾ, ਪਰ ਐਵੇਂ ਦਾ ਕੁਝ ਨਹੀਂ ਹੋਇਆ। ਰੀਸੈਂਟਲੀ ਮਾਰਕ ਮਿਲਰ ਨੇ ਇੱਕ ਟਵੀਟ ਕੀਤਾ ਜੀ, ਉਸ ਦੇ ਵਿੱਚ ਉਹਨਾਂ ਨੇ ਕੁਝ ਪੁਆਇੰਟ ਦਿੱਤੇ ਆ, ਮਤਲਬ 3 ਬਦਲਾਅ ਦਿੱਤੇ ਆ ਉਹਨਾਂ ਨੇ ਕੀ ਕਿਹਾ, ਤੁਸੀਂ ਖੁਦ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਜੋ ਉਹਨਾਂ ਨੇ ਗੱਲ ਕਹੀ, ਅਸੀਂ ਉਹਨਾਂ ਦੇ ਵਿੱਚੋਂ 3 ਪੁਆਇੰਟ ਨੂੰ ਕ੍ਰੀਏਟ ਕੀਤਾ ਹੈ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਰੀਸੈਂਟਲੀ ਮਾਰਕ ਮਿਲਰ ਦਾ ਟਵੀਟ ਆਇਆ ਕਿ ਮਿਸ ਲੀਡਿੰਗ ਨੂੰ ਲੈ ਕੇ ਕਿ ਕਾਫੀ ਜ਼ਿਆਦਾ ਅਫਵਾਹਾਂ ਨੂੰ ਫੈਲਾ ਕੇ ਕਿ ਰਿਪੋਰਟ ਕੀਤਾ ਜਾਊਗਾ ਸਾਰੇ ਜਿੰਨੇ ਵੀ ਕਮਿਊਨਿਟੀ ਦੇ ਵਿੱਚ ਲੋਕ ਆ ਉਹਨਾਂ ਨੂੰ PR ਨਹੀਂ ਦਿੱਤੀ ਜਾਊਗੀ। ਪਰ ਮੇਕ ਸ਼ੋਰ ਦੈਟ ਐਵੇਂ ਦਾ ਕੁਝ ਨਹੀਂ ਹੋਏਗਾ ਜੇਕਰ ਤੁਸੀਂ ਇਹ 3 ਕੈਟਾਗਰੀਜ਼ ਨੂੰ ਫੋਲੋ ਕਰਦੇ ਹੋ। 3 ਕੈਟਾਗਰੀ ਕਿਹੜੀਆਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, 1, 2 ਐਂਡ 3। ਇਫ ਯੂ ਨੀਡ ਮੋਰ ਪੁਆਇੰਟ, ਤੁਹਾਨੂੰ ਇਹ ਵੀ ਦੱਸਾਂਗੇ ਇਹ ਕੀ ਚੀਜ਼ ਹੁੰਦੀ ਆ ਕਿ ਤੁਹਾਨੂੰ ਯੂ ਮੀਟ ਦਾ ਪੁਆਇੰਟ ਰਿਕੁਆਇਰਡ, ਕਿ ਜੋ ਤੁਹਾਡੇ CRS ਸਕੋਰ ਆ, ਪੁਆਇੰਟ ਆ PR ਦੇ, ਤੁਹਾਨੂੰ ਪੂਰੇ ਕਰਨੇ ਪੈਣਗੇ, ਤੁਹਾਨੂੰ ਪ੍ਰਾਪਤ ਕਰਨੇ ਪੈਣਗੇ। ਯੂ ਹੈਵ ਦਾ ਨੀਡਿਡ ਐਕਸਪੀਰੀਅੰਸ, ਤੁਹਾਨੂੰ ਤੁਹਾਡੇ ਕੋਲ ਇੱਕ ਚੰਗਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਚੰਗੀ ਐਕਸਪੀਰੀਅੰਸ ਜੇਕਰ ਤੁਹਾਡੇ ਕੋਲ ਹੋਵੇਗਾ ਤਾਂ ਹੀ ਤੁਹਾਨੂੰ ਅਸੀਂ PR ਦੇ ਸਕਦੇ ਹਾਂ। 3rd ਮੇਨ ਪੁਆਇੰਟ ਆ ਜੀ, ਯੂਅਰ ਸਟੱਡੀ ਐਂਡ ਵਰਕ ਪਰਮਿਟ ਆਰ ਕਰੈਕਟ, ਜੇਕਰ ਤੁਹਾਡੀ ਸਟੱਡੀ ਕਰੈਕਟ ਆ, ਤੁਹਾਡੀ ਸਟੱਡੀ ਬਹੁਤ ਵਧੀਆ ਹੈ, ਪਲੱਸ ਤੁਹਾਡੇ ਕੋਲ ਵਰਕ ਪਰਮਿਟ ਬਹੁਤ ਵਧੀਆ ਹੈ, ਤਾਂ ਤੁਹਾਨੂੰ PR ਦੇਣ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਜੇਕਰ ਤੁਸੀਂ ਜ਼ਿਆਦਾ ਪੁਆਇੰਟ ਕਲੈਕਟ ਕਰਨੇ ਆ PR ਲੈਣ ਲਈ, ਤਾਂ ਤੁਹਾਨੂੰ ਫਰੈਂਚ ਲੈਂਗੁਏਜ B2 ਲੈਵਲ ਪਹਿਲ ਦੇ ਆਧਾਰ 'ਤੇ ਸਿੱਖਣਾ ਪਵੇਗਾ, ਫਰੈਂਚ ਲੈਂਗੁਏਜ ਸਿੱਖਣੀ ਪਊਗੀ, ਤੁਹਾਨੂੰ PR ਦਿੱਤੀ ਜਾਊਗੀ। ਸੋ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰਿਓ। ਚੈਨਲ ਨੂੰ ਫਿਰ ਕਹਿ ਰਹੇ ਹਾਂ ਜੀ, ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ, ਵਾਹਿਗੁਰੂ ਮਿਹਰ ਕਰੇ।